ਘਰ ਵਿੱਚ ਸੋਫੇ ਰੱਖਣ ਵਾਲੇ ਹੋ ਜਾਓ ਸਾਵਧਾਨ, ਸੋਫਾ ਬਣ ਜਾਣਾ ਸੀ ਸਾਰੇ ਟੱਬਰ ਦਾ ਕਾਲ, ਬਾਲ ਬਾਲ ਬਚੀ ਜਾਣ। ਅਕਸਰ ਹੀ ਗਰਮੀ ਵਿੱਚ ਇਹ ਨਹੀਂ ਪਤਾ ਹੁੰਦਾ ਕਿ ਸੱਪ ਕਦੋਂ ਤੇ ਕਿੱਥੋਂ ਨਿਕਲ ਆਵੇ। ਕਈ ਵਾਰ ਸੱਪ ਇਹੋ ਜਿਹੀਆਂ ਥਾਵਾਂ ਤੇ ਜਾਂ ਚੀਜ਼ਾਂ ਵਿੱਚ ਲੁਕ ਜਾਂਦੇ ਨੇ ਕਿ ਜਿੱਥੇ ਕਦੇ ਸੋਚਿਆ ਵੀ ਨਹੀਂ ਹੁੰਦਾ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੋਫੇ ਤੇ ਰੱਖੇ ਸਿਰਹਾਣੇ ਵਿੱਚੋਂ ਸੱਪ ਕੱਢਿਆ ਜਾ ਰਿਹਾ ਹੈ। ਦਰਅਸਲ ਇਸ ਪਰਿਵਾਰ ਦੀ ਔਰਤ ਨੇ ਜਦੋਂ ਸਵੇਰੇ ਉੱਠ ਕੇ ਚਾਹ ਬਣਾਈ ਅਤੇ ਉਸਨੂੰ ਪੀਣ ਲਈ ਸੋਫੇ ਉੱਪਰ ਬੈਠੀ ਤਾਂ ਉਸਨੂੰ ਅਹਿਸਾਸ ਹੋਇਆ ਕਿ ਜਿਵੇਂ ਪਿੱਛੇ ਪਏ ਸਿਰਹਾਣੇ ਵਿੱਚ ਕੋਈ ਚੀਜ਼ ਹੁੰਦੀ ਹੈ। ਪਰ ਜਦੋਂ ਔਰਤ ਨੇ ਸਿਰਹਾਣੇ ਨੂੰ ਹੱਥ ਨਾਲ ਦੱਬ ਕੇ ਦੇਖਿਆ ਤਾਂ ਉਸਨੂੰ ਲੱਗਿਆ ਕਿ ਇਸ ਵਿੱਚ ਕੁਝ ਨਹੀਂ, ਸ਼ਾਇਦ ਇਹ ਉਸਦਾ ਵਹਿਮ ਹੋਵੇ। ਪਰ ਥੋੜੇ ਹੀ ਸਮੇਂ ਬਾਅਦ ਉਸ ਸਿਰਹਾਣੇ ਵਿੱਚੋਂ ਫੁਕਾਰਿਆਂ ਦੀ ਆਵਾਜ਼ ਆਉਣ ਲੱਗੀ, ਜਿਸ ਨੂੰ ਸੁਣ ਕੇ ਔਰਤ ਇੰਨਾ ਡਰੀ ਕਿ ਚੀਕਾਂ ਮਾਰਨ ਲੱਗੀ। ਉਸ ਦੀਆਂ ਚੀਕਾਂ ਸੁਣ ਕੇ ਸਾਰਾ ਹੀ ਪਰਿਵਾਰ ਇਕੱਠਾ ਹੋ ਗਿਆ ਅਤੇ ਜਦੋਂ ਔਰਤ ਨੇ ਪਰਿਵਾਰ ਨੂੰ ਦੱਸਿਆ ਕਿ ਸਿਰਹਾਣੇ ਵਿੱਚ ਕੋਈ ਚੀਜ਼ ਹੈ ਤਾਂ ਪਰਿਵਾਰ ਨੂੰ ਲੱਗਾ ਕਿ ਜਿਵੇਂ ਸਿਰਹਾਣੇ ਵਿੱਚ ਸੱਪ ਹੋਵੇ। ਜਿਸ ਤੋਂ ਬਾਅਦ ਇੱਕ ਸੱਪ ਫੜਨ ਵਾਲੇ ਨੂੰ ਬੁਲਾਇਆ ਗਿਆ ਅਤੇ ਜਦੋਂ ਉਸਨੇ ਆ ਕੇ ਦੇਖਿਆ ਤਾਂ ਸਿਰਹਾਣੇ ਵਿੱਚ ਇੱਕ ਕੋਬਰਾ ਸੱਪ ਲੁਕਿਆ ਬੈਠਾ ਸੀ, ਜਿਸ ਦੀ ਕਿ ਪਰਿਵਾਰ ਵੱਲੋਂ ਮੌਕੇ ਤੇ ਵੀਡੀਓ ਬਣਾ ਲਈ ਗਈ। ਸੋ ਕਮਾਲ ਦੀ ਗੱਲ ਤਾਂ ਇਹ ਹੈ ਕਿ ਸੱਪ ਅੰਦਰ ਆ ਕੇ ਸੋਫੇ ਦੇ ਸਿਰਹਾਣੇ ਵਿੱਚ ਲੁਕ ਗਿਆ ਤੇ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਿਆ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਪਰਿਵਾਰ ਤੱਕ ਪਹੁੰਚਦੀ ਜ਼ਰੂਰ ਕਰਿਓ। ਆਪਣੇ ਵਿਚਾਰ ਕਮੈਂਟਾਂ ਵਿੱਚ ਦੇ ਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।